ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਪੰਜਾਬ ਦੇ ਭਖਵੇਂ ਰਾਜਸੀ ਮੁੱਦਿਆਂ ਤੇ ਸਾਡੇ ਮਹਿਮਾਨਾਂ ਦੀ ਜਿਹੜੀ ਗਰਮਾ ਗਰਮ ਬਹਿਸ ਚੱਲ ਰਹੀ ਹੈ, ਕੁਝ ਐਂ ਸਵਾਲ ਹੈ ਜਿਹੜੀ ਅਸੀਂ ਬ੍ਰੇਕ ਤੋਂ ਬਾਅਦ ਲੈ ਰਹੇ ਹਾਂ। ਸ਼ਰਮੀ, ਜਿੱਦਾਂ ਰੰਧਾਵਾ ਜੀ ਨੇ ਕਿਹਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਪੈਨਸ਼ਨਾਂ ਦੀ, ਦੂਜੇ ਮੁੱਦਿਆਂ ਤੇ, ਇਹਨਾਂ ਦਾ ਕਹਿਣਾ ਕਿ ਸਰਕਾਰ ਇਹਨਾਂ ਮੁੱਦਿਆਂ ਤੇ ਕੁਝ ਕਰ ਨਹੀਂ ਸਕੀ। ਖਾਸ ਤੌਰ ਤੇ ਜੇ ਆਪਾਂ ਪਿਛਲੀ ਕੈਬਨਿਟ ਦੀ ਗੱਲ ਕਰੀਏ, ਪਿਛਲੀ ਕੈਬਨਿਟ ਜਿੱਦਾਂ ਤੁਸੀਂ ਕਿਹਾ ਇਹ ਕਿਤੇ ਕਿ ਵੀ ਅਸੀਂ 1.9 ਲੱਖ ਲੋਕਾਂ ਨੂੰ ਹੋਰ ਰੁਜ਼ਗਾਰ ਦੇਵਾਂਗੇ, ਪੈਨਸ਼ਨਾਂ ਦੀ ਗੱਲ ਕੀਤੀ ਹੈ, ਪਰ ਜਿਸ ਹਿਸਾਬ ਨਾਲ 1 ਸਾਲ ਦਾ ਸਮਾਂ ਰਹਿ ਗਿਆ, ਲੱਗਦਾ ਕਿ ਪੋਸੀਬਲ ਹੈਗਾ ਕਿ ਸਾਰੇ ਵਾਅਦੇ ਪੂਰੇ ਕੀਤੇ ਜਾ ਸਕਦੇ ਆ? ਅਸੀਂ ਜੋ ਵਾਅਦੇ ਕੀਤੇ ਜੀ, ਅਸੀਂ ਕਿਸਾਨਾਂ ਨਾਲ ਬਿਜਲੀ ਫਰੀ ਦਾ ਕੀਤਾ, ਅਸੀਂ ਪੂਰਾ ਕੀਤਾ ਜੀ ਜੀ। ਅਸੀਂ ਪੈਨਸ਼ਨ 500 ਕਰਨ ਦੀ ਕੀਤੀ, ਉਹ 1 ਜਨਵਰੀ ਤੋਂ ਲਾਗੂ ਹੋ ਰਹੀ ਹੈ। ਅਸੀਂ ਕਿਸਾਨਾਂ ਨੂੰ 50,000 ਰੁਪਏ ਹੈਲਥ ਇੰਸ਼ੋਰੈਂਸ ਦੇ ਰਹੇ ਹਾਂ, 5 ਲੱਖ ਰੁਪਏ ਦਾ ਇੰਸ਼ੋਰੈਂਸ ਦੇ ਰਹੇ ਹਾਂ, 28.5 ਲੱਖ ਪਰਿਵਾਰਾਂ ਨੂੰ ਅਸੀਂ ਆਟਾ ਦਾਲ ਸਕੀਮ ਦੇ ਰਹੇ ਹਾਂ, ਉਹਨਾਂ ਦਾ 50,000 ਹੈਲਥ ਇੰਸ਼ੋਰੈਂਸ ਅਤੇ 5 ਲੱਖ ਦੀ ਇੰਸ਼ੋਰੈਂਸ ਵੀ ਦੇ ਰਹੇ ਹਾਂ, ਜਿਹੜੀਆਂ ਅਸੀਂ ਕਮਿਟਮੈਂਟ ਚੈਲੰਜ ਕਰ ਰਹੇ ਕਿ ਮੁੱਦਾ ਕਿਤੇ ਆਏ ਹੀ ਨਹੀਂ, ਲਾਗੂ ਨਹੀਂ ਹੋਇਆ। ਦੇਖੋ, ਅਸੀਂ ਜਿਹੜੇ ਨੌਜਵਾਨਾਂ ਵਾਸਤੇ ਸਕਿੱਲਡ ਟ੍ਰੇਨਿੰਗ ਦਾ ਸ਼ੁਰੂ ਕੀਤਾ ਹੈਗਾ, 6,500 ਰੁਪਇਆ ਉਹਦੀ ਐਜੂਕੇਸ਼ਨ ਵਾਸਤੇ, ਸਕਿੱਲਡ ਟ੍ਰੇਨਿੰਗ ਵਾਸਤੇ ਹਰ ਸਾਲ ਪਰ ਬੱਚਾ ਸਾਡੀ ਸਰਕਾਰ ਜਿਹੜੀ ਦਿੰਦੀ ਹੈ। ਅਸੀਂ 100 ਸਕੂਲ ਪਿਛਲੇ ਸਾਲ ਸਕਿੱਲਡ ਦੇ ਖੋਲ੍ਹੇ ਸੀਗੇ, 300 ਇਸ ਵਾਰ ਖੋਲ੍ਹੇ ਹਾਂ, 1,000 ਅਗਲੇ ਸਾਲ ਖੋਲ੍ਹ ਰਹੇ ਹਾਂ, 2100 ਸਕਿੱਲਡ ਸੈਂਟਰ ਪੰਜਾਬ 'ਚ ਆਉਣ ਵਾਲੇ 6 ਮਹੀਨਿਆਂ 'ਚ ਖੁੱਲ੍ਹ ਰਹੇ ਹਾਂ, 1.5 ਲੱਖ ਬੱਚੇ ਨੂੰ ਅਸੀਂ ਸਕਿੱਲਡ ਟ੍ਰੇਨਿੰਗ ਦੇਵਾਂਗੇ, ਜਿਹਦੇ ਵਾਸਤੇ ਅਸੀਂ ਕਮਿਟਮੈਂਟ ਕੀਤੇ ਸੀ। ਪਰ ਇਹਦੇ ਕਹਿੰਦੇ ਸਮਾਂ ਸਾਡੇ ਕੋਲ ਜਿਹੜਾ ਸਮਾਂ, ਬਿਲਕੁਲ, ਅਸੀਂ ਤਾਂ ਬਾਕੀ ਅਸੀਂ ਤਾਂ ਪਹਿਲੇ ਦਿਨ ਤੋਂ ਸ਼ੁਰੂ ਕੀਤੀ ਭਰਤੀ, ਪਹਿਲੇ ਦਿਨ ਤੋਂ। ਟੀਚਰ, 1 ਮਿੰਟ, ਤੁਸੀਂ ਆਪਣੀ ਪਰਫਾਰਮੈਂਸ ਤਾਂ ਦੱਸੋ, ਕਿੰਨੇ ਟੀਚਰ ਭਰਤੀ ਕਰੇ? ਟੀਚਰ ਭਰਤੀ ਕਰ ਦਿੱਤੇ, 30,000 ਟੀਚਰਾਂ ਦੀ ਲੋੜ ਆ, 30,000 ਟੀਚਰ ਇੰਪਲੋਇਮੈਂਟ ਦੇ ਰਹੇ ਹੋ, ਜਿਹੜੇ ਬੰਦੇ ਡਾਕਟਰ 50,000 ਰੁਪਏ ਜੀ, ਚਲੋ ਤੁਹਾਡਾ ਡਾਕਟਰ ਵੀ ਅਸੀਂ 7,000 ਭਰਤੀ ਕਰੇ। GDP ਦਾ 49% ਸੀਗਾ, ਅੱਜ 30% ਆ। ਓਕੇ ਸ਼ਰਮਾ, ਚਲੋ ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡਾ ਵਿਊ ਪੁਆਇੰਟ ਆ ਗਿਆ ਇੰਦਰਵੀਰ ਜੀ। ਓਕੇ, ਇੰਦਰਵੀਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਸਰਕਾਰਾਂ ਦੀ, ਇੱਕ ਸਿੰਗਲ ਪੁਆਇੰਟ ਦੱਸ ਦੇਣੇ ਵੀ ਜਿਹੜਾ ਇਹਨਾਂ ਦੀ ਸਰਕਾਰ ਦੀ ਦੇਣਾ। ਓਕੇ ਸ਼ਰਮਾ ਜੀ, ਚਲੋ, ਲੋਕ ਫੈਸਲਾ ਜਿਹੜਾ ਹੈਗਾ ਇਸ ਮੁੱਦੇ ਦੇ ਉੱਤੇ ਅਲਟੀਮੇਟਲੀ ਕਰਦੇ ਹੈਗੇ ਆ। ਇੰਦਰਵੀਰ, ਜਦੋਂ ਆਪਾਂ ਗੱਲ ਕਰਦੇ ਹਾਂ ਸਰਕਾਰਾਂ ਦੀ ਪਰਫਾਰਮੈਂਸ ਦੀ, ਜਿਹੜੀ ਪਿਛਲੀ ਕੈਬਨਿਟ ਮੀਟਿੰਗ ਹੋਈ ਆ, ਉਹਦੇ 'ਚ ਇਹਨਾਂ ਨੇ ਡਿਸੀਜਨ ਲਏ ਆ ਜੋਬਸ ਦੇ, ਪੈਨਸ਼ਨਾਂ ਦੇ, ਜਿਹੜਾ ਹੈਗਾ ਸਾਰੇ ਮੁੱਦਿਆਂ ਦੇ ਉੱਤੇ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਜਿਹੜੀ ਪਰਫਾਰਮੈਂਸ